ਸਾਡੇ ਬੱਚੇ ਨੂੰ ਅਨਡਿਸੈਂਡੈਂਟ ਟੈਸਟੀ ਦੀ ਪ੍ਰੋਬਲਮ ਸੀਗੀ, ਅਤੇ ਜਿਸ ਕਾਰਨ ਮਤਲਬ ਕਿ ਸਾਨੂੰ 6 ਮੰਥ ਦਾ ਬੱਚਾ ਸੀਗਾ ਕਿ ਜਦੋਂ ਪਤਾ ਚੱਲਿਆ ਸੀਗਾ ਕਿ ਇਹਨੂੰ ਅਨਡਿਸੈਂਡੈਂਟ ਟੈਸਟੀ ਦੀ ਪ੍ਰੋਬਲਮ ਆ। ਪਹਿਲਾਂ ਮਤਲਬ ਕਿ ਹੋਰ ਡਾਕਟਰ ਤੋਂ ਅਲਟਰਾਸਾਊਂਡ ਵਗੈਰਾ ਵੀ ਕਰਵਾਈ ਸੀ, ਜੇ ਮਤਲਬ ਕਿ ਯੂਟਿਊਬ ਤੋਂ ਸਰਚ ਕੀਤਾ ਅਤੇ ਡਾਕਟਰ ਜਸਮੀਤ ਸਿੰਘ ਅਲੂਵਾਲੀਆ ਦੀ ਵੀਡੀਓ ਦੇਖੀ ਸੀਗੀ ਸਟਾਰ ਹੋਸਪਿਟਲ ਜਲੰਧਰ ਤੋਂ। ਫਿਰ ਅਸੀਂ ਸਰ ਨਾਲ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਹਦੀ ਮਤਲਬ ਕਿ ਬੱਚੇ ਦੀ ਦੂਰਬੀਨ ਨਾਲ ਸਰਜਰੀ ਹੋ ਗਈ, ਜੇ ਬੱਚੇ ਦਾ ਆਪਰੇਟ ਹੋ ਗਿਆ ਅਤੇ ਸ਼ਾਮ ਤੱਕ ਬੱਚਾ ਬਿਲਕੁਲ ਵਧੀਆ ਖੇਡ ਰਿਹਾ। ਤਰਨ ਤਾਰਨ ਸ਼ਹਿਰ ਦੀ ਰਹਿਣ ਵਾਲੀ ਹਾਂ। ਮਤਲਬ ਕਿ ਸਾਡੇ ਬੱਚੇ ਨੂੰ ਅਨਡਿਸੈਂਡੈਂਟ ਟੈਸਟੀ ਦੀ ਪ੍ਰੋਬਲਮ ਸੀਗੀ, ਅਤੇ ਜਿਸ ਕਾਰਨ ਮਤਲਬ ਕਿ ਸਾਨੂੰ 6 ਮੰਥ ਦਾ ਬੱਚਾ ਸੀਗਾ ਕਿ ਜਦੋਂ ਪਤਾ ਚੱਲਿਆ ਸੀਗਾ ਕਿ ਇਹਨੂੰ ਅਨਡਿਸੈਂਡੈਂਟ ਟੈਸਟੀ ਦੀ ਪ੍ਰੋਬਲਮ ਆ, ਜਿਸ ਕਾਰਨ ਅਸੀਂ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਆ ਗਏ ਸੀਗੇ ਅਤੇ ਸਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਮਤਲਬ ਕਿ ਇਹਦਾ ਕੀ ਹੱਲ ਹੋ ਸਕਦਾ ਵਾ। ਉਸ ਤੋਂ ਬਾਅਦ ਅਸੀਂ ਪਹਿਲਾਂ ਮਤਲਬ ਕਿ ਹੋਰ ਡਾਕਟਰ ਤੋਂ ਅਲਟਰਾਸਾਊਂਡ ਵਗੈਰਾ ਵੀ ਕਰਵਾਈ ਸੀ, ਜਿਸ ਤੋਂ ਉਹਨਾਂ ਨੇ ਕਿਹਾ ਸੀ ਕਿ ਮਤਲਬ ਤੁਸੀਂ 1.5 ਸਾਲ ਤੱਕ ਵੇਟ ਕਰੋ, ਹੋ ਸਕਦਾ ਕਿ ਬੱਚੇ ਦੀ ਪ੍ਰੋਬਲਮ ਆਟੋਮੈਟਿਕਲੀ ਠੀਕ ਹੋ ਜਾਏਗੀ। ਅਤੇ ਉਸ ਕਾਰਨ ਮਤਲਬ ਕਿ ਅਸੀਂ 1.5 ਸਾਲ ਤੱਕ ਵੇਟ ਕੀਤੀ। ਉਸ ਤੋਂ ਬਾਅਦ ਮਤਲਬ ਕਿ ਕੋਈ ਹੱਲ ਨਹੀਂ ਹੋਇਆ, ਬੱਚੇ ਮਤਲਬ ਕਿ ਨਹੀਂ ਟੈਸਟ ਹੀ ਨੀਚੇ ਆਏ ਸੀ। ਅਤੇ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਕਿ ਯੂਟਿਊਬ ਤੋਂ ਸਰਚ ਕੀਤਾ ਅਤੇ ਡਾਕਟਰ ਜਸਮੀਤ ਸਿੰਘ ਅਲੂਵਾਲੀਆ ਦੀ ਵੀਡੀਓ ਦੇਖੀ ਸੀਗੀ ਸਟਾਰ ਹੋਸਪਿਟਲ ਜਲੰਧਰ ਤੋਂ। ਫਿਰ ਅਸੀਂ ਸਰ ਨਾਲ ਮਿਲੇ, ਉਹਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਇਹਦੀ ਮਤਲਬ ਕਿ ਬੱਚੇ ਦੀ ਦੂਰਬੀਨ ਨਾਲ ਸਰਜਰੀ ਹੋ ਗਈ, ਮਤਲਬ ਕਿ ਤੁਹਾਨੂੰ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਆ, ਬੱਚਾ ਬਹੁਤ ਜਲਦੀ ਰਿਕਵਰੀ ਕਰ ਲਏਗਾ। ਉਸ ਤੋਂ ਬਾਅਦ ਅਸੀਂ ਸੈਚਰਡੇ ਨੂੰ ਆਏ ਅਤੇ ਮਤਲਬ ਕਿ ਬੱਚੇ ਦੇ ਟੈਸਟ ਵਗੈਰਾ ਕੀਤੇ, ਨੈਕਸਟ ਡੇ ਬੱਚੇ ਦਾ ਆਪਰੇਟ ਹੋ ਗਿਆ ਅਤੇ ਸ਼ਾਮ ਤੱਕ ਬੱਚਾ ਬਿਲਕੁਲ ਵਧੀਆ ਖੇਡ ਰਿਹਾ ਸੀ, ਖਾ ਪੀ ਵੀ ਰਿਹਾ ਸੀ, ਮਤਲਬ ਕਿ ਬੱਚੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ। ਅਤੇ ਜੇ ਤੁਹਾਡੇ ਵੀ ਕਿਸੇ ਬੱਚੇ ਨੂੰ ਇੱਦਾਂ ਦੀ ਕੋਈ ਪ੍ਰੋਬਲਮ ਹੈਗੀ ਆ ਤਾਂ ਸਟਾਰ ਹੋਸਪਿਟਲ ਆਓ ਅਤੇ ਸਰ ਨਾਲ ਗੱਲ ਕਰੋ ਅਤੇ ਆਪਣੇ ਬੱਚੇ ਦਾ ਅਪਡੇਟ ਕਰਵਾਓ, ਬੱਚੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ। ਮਤਲਬ ਕਿ ਸ਼ਾਮ ਤੱਕ ਬੱਚਾ ਬਿਲਕੁਲ ਖਾ ਪੀ ਸਕਦਾ ਵਾ, ਖੇਡ ਸਕਦਾ ਵਾ, ਬੱਚੇ ਨੂੰ ਕੋਈ ਦਿੱਕਤ ਨਹੀਂ ਆ ਸਕਦੀ। ਥੈਂਕ ਯੂ।